ਹਾਂ ਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ, ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਡਾਲੇਕੇ, ਤਹਿਸੀਲ ਅਤੇ ਜ਼ਿਲ੍ਹਾ ਦੋਸਤੋ ਸ਼੍ਰੀ ਤਰਨ ਤਾਰਨ ਸਾਹਿਬ ਲੱਗਦਾ। ਵੀਰ ਜੋਗੇ ਦੇ ਬਾਈ ਦੀਪੇ ਦੇ ਕੋਲ ਪਹੁੰਚੇ ਹਾਂ। ਦੋਸਤੋ, ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਵੀ ਪਸ਼ੂ ਵਪਾਰ ਦਾ ਕੰਮ ਆ ਅਤੇ ਵਿਕਰੀ ਵਾਲੇ ਪਸ਼ੂ ਇਸ ਘਰੇ ਵੀ ਆਉਂਦੇ ਆ, ਅਤੇ ਕਾਫੀ ਵੀਡੀਓ ਜਿਹੜੀਆਂ ਦੋਸਤੋ ਆਪਾਂ ਅਪਲੋਡ ਕੀਤੀਆਂ ਨੇ ਆਪਣੇ ਚੈਨਲ ਦੇ ਉੱਪਰ। ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਮੱਝਾਂ ਦਿਖਾ ਦਾਂਗੇ, ਬਿਲਕੁਲ ਤਿੰਨੇ ਤਾਜ਼ੀਆਂ ਸੂਈਆਂ ਨੇ। ਦਿਨ ਕਿੰਨਿਆਂ ਦੀਆਂ ਸੂਈਆਂ, ਕਿੰਨੇ ਟਾਈਮ ਦੀਆਂ ਸੂਈਆਂ, ਗੱਲਬਾਤ ਕਰ ਲਾਂਗੇ। ਸੋ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਜ਼ਰੂਰ ਬਣੇ ਰਹੋ, ਪੂਰੀ ਇਨਫੋਰਮੇਸ਼ਨ ਆ ਜਿਹੜੀ ਤੁਹਾਨੂੰ ਮਿਲ ਸਕੇ। ਅਤੇ ਦੋ ਵੈੜਾਂ ਦੋਸਤੋ ਅੱਜ ਵਿਕਾਊ ਆ ਇਸ ਵੀਡੀਓ ਦੇ ਵਿੱਚ, ਉਹ ਵੀ ਦਿਖਾ ਦਾਂਗੇ। ਅਤੇ ਇੱਕ ਵੈੜ ਹੈ ਸ਼ਾਹੀਵਾਲ, ਉਹ ਵਿਕ ਚੁੱਕੀ ਹੈ, ਠੀਕ ਹੈ ਜੀ, ਉਹਦੀ ਪੂਰੀ ਡਿਟੇਲ ਲੈ ਲਾਂਗੇ, ਠੀਕ ਹੈ, ਦਿਖਾ ਦੇਵਾਂਗੇ ਵੈਸੇ। ਅਤੇ ਕਸਟਮਰ ਜਿਹੜੇ ਆ ਵੀਰ ਗਾਹਕ, ਉਹ ਵੀ ਆਏ ਨੇ ਆਪਣੇ ਕੋਲ, ਉਹਨਾਂ ਨਾਲ ਵੀ ਗੱਲਬਾਤ ਕਰ ਲਾਂਗੇ, ਠੀਕ ਹੈ ਜੀ। ਅੱਜ 19 ਸਤੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ, ਸਮਾਂ ਤੁਸੀਂ ਨੋਟ ਕਰ ਲਓ ਜੀ, ਕੋਈ 2:30 ਵਜੇ ਦੁਪਹਿਰ ਦਾ ਸਮਾਂ। ਅਤੇ ਜਿਹੜੇ ਪਸ਼ੂ ਸੋਏ ਨੇ, ਇੱਕ ਫਸਟਲੀ ਰਿਕੁਐਸਟ ਹੁੰਦੀ ਹੈ ਵੀ ਆਪਦਾ ਜਿਹੜਾ ਪਸ਼ੂ ਦੋਸਤੋ ਤਸੱਲੀ ਆ, ਚਵਾਈ ਕਰਕੇ 2 ਡੰਗ ਤਸੱਲੀ ਕਰ ਲਿਓ, ਗੱਭਣ ਪਸ਼ੂ ਆਪਣਾ ਤਿੱਪ ਕੇ ਤਸੱਲੀ ਕਰ ਲਿਓ। ਆ ਜਾਓ ਜੀ, ਲੈਂਦੇ ਇਨਫੋਰਮੇਸ਼ਨ। ਸਭ ਤੋਂ ਪਹਿਲਾਂ ਵੀਰ ਜੋਗੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਕੀ ਹਾਲ ਜੀ? ਠੀਕ ਠਾਕ ਵੀਰ ਜੀ, ਬਹੁਤ ਵਧੀਆ ਵਧੀਆ ਜੀ। ਅੱਛਾ, ਦੀਪੇ ਭਾਈ ਕਿਵੇਂ ਆ? ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਮਹਾਰਾਜ, ਠੀਕ ਠਾਕ ਜਨਾਬ? ਵਧੀਆ ਵਧੀਆ। ਅੱਜ ਜਲਥਰ ਕਰਾਤੀ ਫਿਰ? ਹਾਂਜੀ ਹਾਂਜੀ, ਮੀਂਹ ਪਵਾਈ ਜਾਂਦੇ ਜੀ। ਹਾਂਜੀ, ਰੱਬ ਦੇ ਜੋ ਚੰਗਾ ਲੱਗਦਾ ਉਹ ਹੀ ਹੋਣਾ ਜੀ। ਚਲੋ, ਬਹੁਤ ਵਧੀਆ ਗੱਲ ਹੈ ਜੀ। ਹਾਂਜੀ, ਤੇ ਅੱਛਾ ਜੋਗੇ ਭਾਈ, ਅੱਜ ਪਸ਼ੂ ਵੀਰ ਟੋਟਲ ਕਿੰਨੇ ਨਾਲ? 5 ਜੀ, 3 ਮੱਝਾਂ, 2 ਗਾਵਾਂ। ਠੀਕ ਹੈ ਜੀ। ਤੇ ਗਾਵਾਂ ਕੁਛ ਪਰਾਂ ਹੈਗੀਆਂ, ਉਹ ਵਿਕ ਗਈਆਂ ਜੀ 2। ਠੀਕ ਹੈ ਜੀ। ਹਾਂਜੀ, ਤੇ ਮੱਝਾਂ 3 ਸੂਈਆਂ? ਹਾਂਜੀ, 3 ਸੂਈਆਂ। 3 ਸੂਈਆਂ ਹਾਂਜੀ। ਤੇ ਜਿਹੜੀਆਂ ਵੈੜਾਂ ਨੇ ਇਹ ਵੀ ਬਿਲਕੁਲ ਮੈਨੂੰ ਲੱਗਦਾ ਵੀ ਇਹ ਸੂਈਆਂ ਤਾਜ਼ੀਆਂ ਕਿ ਉੱਚੇ ਬੱਚੇ ਵਾਲੀਆਂ ਜੀ? ਤਾਜ਼ੀਆਂ ਤਾਜ਼ੀਆਂ ਵੈੜਾਂ ਜਿਹੜੀਆਂ ਵਾ, ਇਹ ਤੇ ਬੱਚੇ ਤੋਂ ਬਗੈਰ ਆ, ਬਿਨ ਬੱਚਿਓ? ਹਾਂਜੀ, ਬਿਨ ਬੱਚਿਓ। ਉਹ ਤਾਜ਼ੀ ਸੂਈ ਬੱਚਾ ਮਰਿਆ ਸੀ, ਵੱਡੀ ਵੈੜ ਤੇ ਪਰਲੀ ਵੀ ਬੱਚਿਓ ਬੱਚਾ ਹੈਗਾ, ਉਹ ਵੀ ਤਾਜ਼ੀ ਸੂਈ ਹੈ ਜੀ। ਠੀਕ ਹੈ ਜੀ, ਮਹੀਨੇ ਦੇ ਆਸ ਪਾਸ ਸੂਈ ਪਰਲੀ ਸ਼ਾਇਦ ਜੀ। ਠੀਕ ਹੈ ਵੀਰ। ਹਾਂਜੀ, ਲਓ ਜੀ ਕਰੀਏ ਸਟਾਰਟ, ਕਿਹੜੇ ਪਾਸਿਓਂ ਕਰਦੇ ਆ? ਲਓ ਜੀ, ਆ ਜਾਓ। ਪਹਿਲੇ ਨੰਬਰ ਤੋਂ ਦੋਸਤੋ ਮੱਝਾਂ ਤੁਹਾਨੂੰ 3 ਦਿਖਾ ਦੇਣੀਆਂ ਨੇ। ਤੇ ਪਹਿਲੇ ਨੰਬਰ ਵਾਲੀ ਜਿਹੜੀ ਮੱਝ ਆ ਜੋਗੇ ਭਾਈ, ਕੀ ਡਿਟੇਲ ਹੈ ਇਸਦੀ? ਇਹ ਜੀ ਦੁੱਧ ਹੈਗਾ ਜੀ 11 ਕਿਲੋ। ਅੱਛਾ ਜੀ, ਨੈਟ। ਹਾਂਜੀ, ਭਾਵੇਂ ਤੋਲ ਲੈਣ ਤੇ ਭਾਵੇਂ ਲੀਟਰ ਮਾਰ ਲੈਣ, ਹੂੰ, 12 ਕਿਲੋ ਦਾ ਮਖਾਵਾ ਕਰੂਗੀ। ਅੱਛਾ ਜੀ, ਤੇ 11 ਕਿਲੋ ਦੁੱਧ ਹੈਗਾ ਜੀ। 11 ਕਿਲੋ ਬਿਲਕੁਲ ਹਾਜ਼ਰ ਦੁੱਧ। ਤੇ ਦਿਨ ਕਿੰਨੇ ਦੱਸਿਆ ਸੂਈ ਨੂੰ? ਇਹਨੂੰ ਅਗਰ ਦਿਨ 10-12 ਹੋਏ ਤੁਹਾਨੂੰ ਸਾਹਿਬ, ਬੱਚਾ ਚਿੱਟੇ ਮੱਖਣ ਵਾਲਾ। ਲਓ ਜੀ, 10 ਤੋਂ 12 ਦਿਨ ਦਾ ਹੀ ਸਮਾਂ, ਠੀਕ ਹੈ ਜੀ। 11 ਲੀਟਰ ਹੀ ਦੁੱਧ ਹਾਜ਼ਰ, ਮਗਰ ਕੱਟਾ ਜੀ? ਹਾਂਜੀ, ਚਿੱਟੇ ਮੱਥੇ ਵਾਲਾ। ਚਿੱਟੇ ਮੱਥੇ ਵਾਲਾ ਵੇਖੋ ਜੀ, ਮੇਲ ਕਾਪ ਆ। ਬਾਕੀ ਬੱਚੇ ਤੁਹਾਨੂੰ ਤਸੱਲੀ ਨਾਲ ਦੋਸਤੋ ਲਾਸਟ ਦੇ ਵਿੱਚ ਦਿਖਾ ਦਾਂਗੇ 3 ਮੱਝਾਂ ਦੇ, ਠੀਕ ਆ। ਤੇ ਸੂਆ ਤੀਜਾ ਜੀ? ਹਾਂਜੀ, ਤੀਜਾ ਸੂਆ। ਲਓ ਵੀ ਤੀਜਾ ਸੂਆ ਥਣ ਲੈਵਾ ਦੋਸਤੋ, ਬਿਲਕੁਲ ਬਖਾਲਾ ਪੱਧਰ ਆ। ਤੇ ਪ੍ਰੋਪਰ ਚਵਾਈ ਦੋਸਤੋ ਪੁੱਛ ਦਾਂਗੇ ਵੀਰ ਨੂੰ ਕਿੱਦਾਂ ਦੀ ਆ। ਜੋਗੇ ਬਾਈ ਤੇ ਦੀਪੇ ਵੀਰ ਕਿਵੇਂ ਚਵਾਈ ਇਹਨਾਂ ਦੀ? ਲਓ ਵੀ ਆ ਦੇਖੋ ਜੀ, ਬਾਕੀ ਵਿੱਥੀ ਸੋਹਣੀ ਆ, ਠੀਕ ਆ ਜੀ। ਆਪਸੀ ਥਣਾਂ ਦੀ ਵਿੱਥੀ ਸੋਹਣੀ ਆ। ਅਤੇ ਹਾਈਟ ਕੱਦ ਵੀ ਤਕਰੀਬਨ ਮੀਡੀਅਮ ਹਾਈਟ ਆ, ਪਰ ਰਾਜੀ ਆ ਪੂਰੀ ਵਜਨ ਵਾਲੀ ਮੱਝ ਆ, ਠੀਕ ਆ। ਅਤੇ ਜੋਗੇ ਭਾਈ ਜਿੱਦਾਂ 11 ਲੀਟਰ ਦੀ ਚਵਾਈ ਦੱਸੀ ਆ, ਕੋਈ ਧਾਰ ਬਾਅਦ ਕੱਢ ਕਿਸੇ ਪਾ ਥਣ ਦੇ ਵਿੱਚ ਕੋਈ ਨਹੀਂ? ਕੋਈ ਬਰਾਬਰ, ਸਾਰੀ ਬਰਾਬਰ ਆ, ਤਸੱਲੀ ਬਖਸ਼ੇ ਨਾ ਜੀ। ਤਸੱਲੀ ਤਸੱਲੀ, ਸਾਰੇ 3 ਮੱਝਾਂ ਦੇ ਕੋਈ ਨੁਕਸ ਨਹੀਂ, ਓਕੇ ਸਾਰੀਆਂ ਚੋਣ 'ਚ ਜੀ। ਠੀਕ ਆ ਜੀ। ਹਾਂਜੀ, ਠੀਕ ਆ। ਅਤੇ ਕੀ ਮੁੱਲ ਕਰਦੇ ਵੀਰ? ਮੁੱਲ ਕਰਦੇ ਜੀ 75,000। ਹਾਂਜੀ, 70 ਦੀ ਦੇ ਦਾਂਗੇ ਤੇ ਵਿੱਚੋਂ ਛੋਟ ਛੱਪਾ ਕਰ ਦਾਂਗੇ ਜੀ। 70 ਚੋਂ? 70 ਚੋਂ, ਠੀਕ ਹੈ ਜੀ। ਹਾਂਜੀ, ਤੇ ਦੀਪੇ ਭਾਈ ਕੁਛ ਵਿੱਚੋਂ ਹੋਰ ਲੈਸ ਹੋ ਜੂਗਾ? ਕਰ ਦਾਂਗੇ ਮਾਨ ਤਾਨ ਜਨਾਬ, ਤੁਸੀਂ ਕਰ ਦਿਓ ਆਪਣੇ ਆਪ ਹੀ ਇਹ ਕੰਮ। 70 ਚੋਂ? ਹਾਂਜੀ, ਤੁਸੀਂ ਕਰਨਾ ਜੀ, ਤੁਸੀਂ ਕਰ ਦਿਓ। ਮੈਂ ਕਿਹੜੀ ਗੱਲ ਜਾਣ ਕੇ ਘੱਟ ਜ਼ਿਆਦਾ ਕਰ ਰਹੇ ਹੋ ਤੁਸੀਂ? ਨਹੀਂ ਚੇਨੇ ਜੀ, ਕੀ ਤੁਹਾਨੂੰ ਮੈਂ ਦੱਸਣਾ ਵੀਰ ਵੀਡੀਓ ਕੱਟ ਦੋ, ਹਾਂ ਜ਼ਿਆਦਾ ਘੱਟ ਹੋ ਗਿਆ, ਇਸ ਕਰਕੇ ਵੀ ਤਸੱਲੀ, ਤੁਸੀਂ ਪਸ਼ੂ ਚੰਗਾ ਹੋਣਾ ਚਾਹੀਦਾ। ਚਲੋ, ਬਾਕੀ ਜੋ ਲੈਸ ਹੈਗੀ ਮਾਨ ਤਾਨ ਉਹ ਜ਼ਰੂਰ ਕੀਤਾ ਜਾਂਦਾ ਕਿਸੇ ਵੀ ਵੀਰ ਭਰਾ ਦੁਆਰਾ।
ਤੇ ਮੱਝ ਦੋਸਤੋ ਪਹਿਲੇ ਨੰਬਰ ਵਾਲੀ ਤੁਹਾਨੂੰ ਦਿਖਾਤੀ ਸੀ, ਠੀਕ ਹੈ ਜੀ, ਤੀਜਾ ਸੂਆ ਸੂਈ ਆ, ਮਗਰ ਕੱਟਾ ਮੇਲ ਖਾਪ ਸੀਗਾ। ਅੱਗੇ ਆਹ ਦੂਜੇ ਨੰਬਰ 'ਤੇ ਆਪਣੇ ਕੋਲ ਆਹ ਮੱਝ ਆ ਗਈ ਹੈ ਜੀ। ਹਾਂਜੀ, ਇਹਦੀ ਵੀਰ ਜੀ ਕੀ ਡਿਟੇਲ? ਇਹਦੀ ਡਿਟੇਲ ਹੈਗੀ ਜੀ, ਦੁੱਧ 9 ਕਿਲੋ ਹੈਗਾ, ਪਰ 8 ਕਿਲੋ ਕੋਈ ਮੰਨ ਕੇ ਸੌਦਾ ਕਰੇ ਆਪਣੇ ਨਾਲ, ਠੀਕ ਹੈ ਜੀ। ਹਾਂਜੀ, 9 ਕਿਲੋ ਤਾਂ ਵਿਖਾਵਾ ਕਰਦੀ, 8 ਕਿਲੋ ਦੁੱਧ ਹੈਗਾ ਜੀ ਜਿਹੜਾ ਆਪਾਂ ਘਰੋਂ ਚਵਾ ਦਾਂਗੇ। ਕੱਲ੍ਹ ਆਈਆਂ ਜੀ, ਉਹ ਸਭ ਤਾਂ 9 ਵੀ ਹੋਵੇ, ਕਾਫੀ ਦੁੱਧ ਹੈਗਾ ਵਾ, ਪਰ ਅਸੀਂ ਅਜੇ ਪ੍ਰੋਪਰ ਨਹੀਂ ਚੋਈਆਂ, ਠੀਕ ਹੈਗਾ ਵਾ, ਕੱਲ੍ਹ ਆਈਆਂ ਆਪਣੇ ਕੋਲ ਜੀ, ਤਾਜ਼ੀਆਂ ਆਈਆਂ, ਠੀਕ ਹੈ ਜੀ। ਹਾਂਜੀ, ਲਓ ਜੀ, ਤੇ ਸੂਈ ਨੂੰ ਕਿੰਨੇ ਕੁ ਦਿਨ ਹੋ ਗਏ ਇਹਨੂੰ? ਇਹ ਕੱਟੀ ਜਿਹੜੇ ਮਗਰ ਇਹਨੂੰ 10 ਦਿਨ ਹੋ ਗਏ। ਲਓ ਜੀ, 10 ਕੁ ਦਿਨ ਦਾ ਸੂਗਾ, ਤਿੰਨਾਂ ਨੂੰ 10 ਹੀ ਹੋਏ ਲਗਭਗ, ਠੀਕ ਹੈ ਜੀ। ਤਿੰਨੇ ਮੱਝਾਂ ਤਾਂ ਤਿੰਨੇ ਤੁਸੀਂ 10-10 ਦਿਨ ਜਿਹੜਾ ਮੰਨ ਸਕਦੇ ਜੇ, ਤੇ ਦੁੱਧ ਦਾ ਘੱਟੋ ਘੱਟ 9 ਆ। ਵੀਰ ਕਹਿੰਦਾ ਵੀ 8 ਮੰਨ ਕੇ ਤੁਸੀਂ ਜਿਹੜੀ ਦੋਸਤੋ ਸੌਦੇ ਦੀ ਗੱਲਬਾਤ ਕਰ ਲਿਓ, ਕਿਉਂਕਿ ਕੱਲ੍ਹ ਆਏ ਪਸ਼ੂ, ਠੀਕ ਆ। ਬਿਲਕੁਲ ਦੋਸਤੋ, ਇੱਕ ਇਹ ਵੀ ਗੱਲ ਜ਼ਰੂਰ ਨੋਟ ਕਰ ਲਿਓ ਵੀ ਜਿਸ ਥਾਂ ਤੋਂ ਵੀ ਪਸ਼ੂ ਆਪਾਂ ਖਰੀਦਦੇ ਹਾਂ, 8 ਤੇ ਚੱਲਣ ਡਿਆ ਤਾਂ ਦੋਸਤੋ ਅੱਗੇ ਬਿਲਕੁਲ ਜਦੋਂ ਟਕਾ ਕੇ ਕੋਈ ਵੀਰ ਸੇਵਾ ਕਰਦਾ ਘਰੇ ਲਿਜਾ ਕੇ ਦੁੱਧ, ਅਸਲ ਦੇ ਵਿੱਚ ਉਦੋਂ ਸਹੀ ਜਿਹੜਾ ਦੋਸਤੋ ਲੈਵਲ 'ਤੇ ਆਉਂਦਾ, ਕਿਉਂਕਿ ਪਸ਼ੂ ਵਪਾਰ ਦੀ ਲੈਣ ਦੇ ਵਿੱਚ ਜੇਕਰ ਵਪਾਰੀ ਵੀਰ ਲੈ ਕੇ ਜਾਂਦਾ, ਕੋਈ 2 ਦਿਨ ਪਸ਼ੂ ਖੜ੍ਹਦਾ, 1 ਦਿਨ ਖੜ੍ਹਦਾ, ਉਸ ਤੋਂ ਬਾਅਦ ਫਿਰ ਅਗਲੇ ਥਾਂ ਟਿਕਾਣੇ 'ਤੇ ਚਲਾ ਜਾਂਦਾ। ਪਸ਼ੂ ਜਦੋਂ ਬਿਲਕੁਲ ਟਿਕਾ ਕੇ ਕਿਸੇ ਘਰੇ ਜਾਂਦਾ, ਘਰੇਲੂ ਵੀਰ ਦੇ ਕੋਲ ਜਾਂਦਾ, ਤਾਂ ਉਦੋਂ ਟਿਕਾ ਕੇ ਸੇਵਾ ਹੁੰਦੀ ਹੈ ਦੋਸਤੋ, ਉਦੋਂ ਦੁੱਧ ਪਸ਼ੂ ਬਿਲਕੁਲ ਚੱਲਦਾ, ਉਦੋਂ ਵੱਧਦਾ, ਠੀਕ ਆ। ਅਤੇ ਦਿਨ ਵੀ ਇਹਨੂੰ ਤਕਰੀਬਨ 10 ਕੁ ਹੋ ਗਿਆ, ਅਤੇ ਚਵਾਈ 'ਚ ਵੀ ਦੱਸ ਦਿਓ ਭਰਾ ਜੀ, ਕਿਵੇਂ ਚਵਾਈ? ਵਧੀਆ ਜੀ, ਤਿੰਨਾਂ ਦੀ ਵਧੀਆ, ਤੁਹਾਨੂੰ ਦੱਸਿਆ ਕਿ ਉਹ ਵੀ ਪਰਲੀ ਮੱਝ ਵੀ ਸਾਰਿਆਂ ਦੀ ਚਵਾਈ ਇੱਕੋ ਜੀ, ਠੀਕ ਹੈ ਜੀ। ਹਾਂਜੀ, ਮੋਟੀ ਤਾਰ ਹੈ, ਮੈਨੂੰ ਭੂਰ ਛੱਟੇ ਤੋਂ ਮੋਗਿਆਂ ਨੂੰ ਆਈਆਂ ਨੇ, ਠੀਕ ਹੈ। ਅਤੇ ਜੋਗੇ ਭਾਈ ਕੀ ਮੁੱਲ ਰੂ ਇਹਦਾ? ਮੁੱਲ 70 ਕਰਦੇ ਜੀ, 65 ਦੀ ਦੇ ਦੇਣੀ ਹੈ ਜੀ। ਇਹ 65 ਦੀ? ਹਾਂਜੀ, ਠੀਕ ਹੈ ਜੀ। ਮੈਂ ਨਾ ਕਰ ਲਈਏ ਥੱਲੇ ਹੈ, ਤੁਸੀਂ ਕਰ ਦਿਓ ਫਿਰ ਆਪ ਦੱਸ ਦਿਓ। ਮੈਂ ਥੋੜ੍ਹੀ ਲਿਸਪਣ ਦੇ ਵਿੱਚ ਆ ਪਸ਼ੂ, ਚਲੋ 62 ਦੀ ਦੇ ਦਾਂਗੇ ਜੀ। ਹੈਂ? 62 ਦੀ ਦੇ ਦਾਂਗੇ। 62,000 ਦੀ? ਹਾਂਜੀ, ਲਓ ਜੀ, 62,000 ਦੀ ਬਾਈ ਦੀ ਪਾਦਾ ਵੀ ਦੇ ਦਿਆਂਗੇ, ਠੀਕ ਆ। ਮਗਰ ਇਹਦੇ ਕੱਟੀ ਦੀ ਪੇ? ਕੱਟੀ ਜੀ, ਮਗਰ ਕੱਟੀ ਆ। ਤੇ ਥਣ ਥਣ ਇੱਕ ਵਾਰੀ ਦੋਸਤੋ ਫਿਰ ਤਸੱਲੀ ਨਾਲ ਦੇਖ ਲਓ, ਆਹ ਕਰੋ ਚੈੱਕ, ਠੀਕ ਆ। ਇੱਕ ਸਾਰ ਚੱਡਾ ਦੋਸਤੋ, ਕੋਈ ਬਾਈ ਸਾਈਡ ਵਾਲਾ ਕੰਮ ਨਹੀਂ ਨਜ਼ਰ ਆਊਗਾ। ਜੇਕਰ ਦੋਸਤੋ ਕੋਈ ਵਿਖਾਲੇ ਦੇ ਵਿੱਚ ਦਿਸੀ ਕੋਈ ਪ੍ਰੋਬਲਮ, ਉਨੀ ਕੀ ਦਿਸੀ ਜ਼ਰੂਰ ਦੱਸੀ ਜਾਊਗੀ, ਠੀਕ ਆ। ਅਤੇ ਇਹ ਮੱਝ ਆ, ਹਾਈਟ ਕੱਦ ਤੁਸੀਂ ਮਿਲ ਲਿਓ ਵੀ ਹਾਈਟ ਕੱਦ ਪੂਰਾ ਉੱਚਾ ਵੱਡੇ ਹਾਈਟ ਕੱਦ ਦੀ ਆ, ਠੀਕ ਆ। ਅਤੇ ਤੀਸਰੇ ਨੰਬਰ ਵਾਲੀ ਜਿਹੜੀ ਆਪਣੇ ਕੋਲ ਇਹ ਮੱਝ ਆ ਗਈ ਹੈ, ਇਹਦੇ ਮਗਰ ਵੀ ਕੱਟਾ ਜੀ, ਇਹਦੇ ਮਗਰ ਵੀ ਕੱਟਾ ਮੇਲ ਕਾਫ ਦੋਸਤੋ, ਠੀਕ ਆ। ਅਤੇ ਆਹ ਵੇਖੋ ਜੀ, ਠੀਕ ਆ। ਅੱਛਾ ਦੀਪੇ ਭਾਈ, ਥੋੜ੍ਹਾ ਜਿਹਾ ਦਰਮਿਆਨੀ ਮੈਨੂੰ ਲੱਗਦਾ ਵੀ ਉਲਟ ਬਹਿਣੀ ਵਾਲੇ ਪਾਸਿਓਂ ਜਿਵੇਂ ਸਾਈਡ ਰੱਖ ਦੀ, ਧਾਰ ਦਾ ਫਰਕ ਨਾ ਹੋਵੇ, ਇੱਧਰ ਦਾ ਥਣ ਬਹਿਣੀ ਬਾਈ ਦਾ ਲੰਮਾ ਵਿਖਾਉਂਦੀ ਮਾਸਾ। ਅੱਛਾ ਜੀ, ਹਾਂਜੀ। ਅੱਛਾ ਦੀਪੇ ਭਾਈ, ਤੇ ਜੋਗੇ ਭਾਈ ਕੀ ਮੰਨਣਾ ਵੀ ਕਈ ਨਾ ਬਾਈ ਪਸ਼ੂ ਰੱਖਦਾ ਸਾਈਡ ਰੱਖਦਾ, ਹਾਂਜੀ, ਤੇ ਉਹ ਸਾਈਡ ਰੱਖਦਾ ਜਾਂ ਬਾਈ ਰੱਖਦਾ ਹੋਵੇ ਪਸ਼ੂ ਤੇ ਧਾਰਾਂ ਵੱਧ ਘੱਟ ਦੇ ਵਿੱਚ ਕਈ ਪਸ਼ੂਆਂ 'ਚ ਫਰਕ ਹੁੰਦਾ ਕਿ ਨਹੀਂ ਹੁੰਦਾ? ਕਈਆਂ 'ਚ ਆਉਂਦਾ ਜੀ, ਜੋ ਰੱਖਦਾ ਕਈਆਂ ਕਰਦੀਆਂ ਵਾ, ਜੇ ਆਪਣੇ ਕੋਲ ਕਈ ਆਏ ਵੀ ਉਹ ਦੱਸਿਆ ਵੀ ਆ ਵੀ ਘੱਟ ਵਾ ਧਾਰਾਂ, ਦੱਸਿਆ ਵੀ ਆਪਣੇ ਕੋਲ 3-4 ਡੰਗਰ ਅੱਗੇ ਆਏ ਆ, ਕਿਉਂਕਿ ਉਹਨਾਂ ਤੋਂ ਦੱਸਿਆ ਜੀ। ਬਹੁਤੇ ਵੀਰਾਂ ਦੀ ਸੋਚ ਦੱਸਾਂ ਕੀ ਆਉਣੀ ਆ, ਹਾਂਜੀ, ਵੀ ਜੇਕਰ ਕੋਈ ਸਾਈਡ ਪਸ਼ੂ ਰੱਖਦਾ, ਹਾਂਜੀ, ਥਣ ਉੱਚਾ ਵੱਡਾ ਲੰਮਾ ਛੋਟਾ, ਤੇ ਉਹਦੇ 'ਚ ਧਾਰਾਂ ਦਾ ਫਰਕ ਜ਼ਰੂਰ ਨਿਕਲਦਾ ਵੇਖਣ 'ਚ। ਅਤੇ ਕਈ ਪਸ਼ੂਆਂ 'ਚ ਜਿਵੇਂ ਤੁਸੀਂ ਦੱਸਦਾ ਵੀ ਕਈਆਂ 'ਚ ਆਉਂਦਾ ਵੀ ਆ, ਕਈਆਂ 'ਚ ਨਹੀਂ ਵੀ ਆਉਂਦਾ? ਇਹਨਾਂ 'ਚ ਨਹੀਂ ਆਉਂਦਾ। ਹੁਣ ਇੱਕ ਥਣ ਛੋਟਾ ਵੱਡਾ ਸਿਰਫ ਕਰਦੀ ਆ, ਆਪਣੇ ਕੋਲ ਅੱਗੇ ਇੱਕ ਮੱਝ ਆਈ ਤੁਹਾਨੂੰ ਵਿਖਾਇਆ ਸੀ, ਉਹ ਪੂਰੀ ਬਾਈ ਚੁੱਕਦੀ ਪੂਰੀ ਦੀ ਪੂਰੀ, ਹਾਂਜੀ, ਪਰ ਇੱਕ ਧਾਰ ਦਾ ਵੀ ਫਰਕ ਨਹੀਂ ਹੈਗਾ ਉਹ ਮੱਝ ਦੇ ਵਿੱਚ ਵੀ, ਠੀਕ ਹੈ ਜੀ। ਤੇ ਇਹ ਵੀ ਮੱਝ ਸਾਰੀ ਓਕੇ ਆ ਜੀ, ਕੋਈ ਫਰਕ ਨਹੀਂ, ਥਾਂ ਗਾੜਨਾ ਗਾੜ ਤੇ ਫਿਆੜਨਾ ਫਿਆੜ ਚੋ ਕੇ ਲਓ ਜੀ, ਠੀਕ ਹੈ ਜੀ। ਬਾਕੀ ਦੋਸਤੋ ਜੋ ਸਾਹਮਣੇ ਵਿਖਾਲੇ ਵਿੱਚ ਦਿਸਦਾ ਉਹ ਪੁੱਛਣਾ ਮੇਰਾ ਫਰਜ਼ ਬਣਦਾ, ਬਾਕੀ ਮਾਲਕ ਦਾ ਓਨਰ ਦਾ ਵੀ ਅੱਗੋਂ ਦੱਸਣਾ ਫਰਜ਼ ਬਣਦਾ ਵੀ ਚਵਾਈ ਕਰਕੇ 2 ਟਾਈਮ ਵੇਖੀ ਹੋਵੇ ਚਾਹੀਦੀ। 1.5 ਕਿਲੋ ਸੰਧੂ ਸਾਹਿਬ ਗਾੜ ਹੋ ਗਈ ਮੈਂ ਦੀ। ਅੱਛਾ ਜੀ, 12 ਕਿਲੋ ਦੁੱਧ ਕੰਡੇ ਵਾਲਾ ਅੱਜ, ਹਾਂਜੀ, ਲਓ ਜੀ 12 ਕਿਲੋ ਵੀਰਾਂ ਦਾ ਵੀ ਜਿਹੜਾ ਚਵਾ ਕੇ ਦੇਵਾਂਗੇ। ਇਹ ਟਾਈਮ ਵੇਖ ਲਓ ਕੀ ਹੋਇਆ ਜੀ, ਸ਼ਾਮਾਂ ਤੱਕ ਆਹ ਕਾਲਾ ਕੱਟਾ ਜਿਹਦੇ ਮਗਰ ਕੱਟੀ ਕਿ ਕੱਟਾ ਸੀ, ਕੱਟਾ ਵਾਲੇ ਕੱਟਾ, ਠੀਕ ਹੈ ਜੀ। ਲਓ ਜੀ, ਬਾਕੀ ਦੋਸਤੋ 12 ਕਿਲੋ ਹਾਜ਼ਰ ਦੁੱਧ ਆ, ਠੀਕ ਆ ਜੀ, ਜਿਹੜਾ ਕੋਈ ਭਾਂਡੇ ਬਰਤਨ 'ਚ ਪੈਣ ਵਾਲੀ ਗੱਲ ਹੈ। ਬਾਕੀ ਆ ਵੇਣ ਵੇਖੋ ਦੋਵੇਂ ਪਾਸੇ, ਠੀਕ ਹੈ। ਨੋਰਮਲੀ ਇੱਕ ਗੱਲ ਜ਼ਰੂਰ ਵੇਖਣ ਦੇ ਵਿੱਚ ਦੋਸਤੋ ਆਉਂਦੀ ਹੈ ਵੀ ਵੇਣ ਜਦੋਂ ਜਿੰਨੀ ਵੀ ਵਾਲ ਖਾਂਦੀ ਹੋਈ ਜ਼ਰੂਰ ਨਜ਼ਰ ਆਈ ਆ,
ਪਸ਼ੂ ਤਕਰੀਬਨ ਸਾਰੇ ਦੁੱਧ ਵਾਲੇ ਚੰਗੇ ਹੁੰਦੇ ਆ, ਕੋਈ 11-12 ਲੀਟਰ ਵਾਲੀਆਂ 13 ਲੀਟਰ ਵਾਲੀਆਂ ਮੱਝਾਂ ਨੋਰਮਲੀ ਦੇਖੀਆਂ, ਠੀਕ ਆ ਜੀ। ਥੋੜ੍ਹਾ ਜਿਹਾ ਵਾਲ ਵੇਂਗ ਜਿਵੇਂ ਆਪਾਂ ਕਹਿ ਦਈਏ ਨਾ ਕਿ ਟੇਢੀ ਮੇਢੀ ਜੀ ਵੇਮ ਜਿਹੜੀ ਆ ਸਾਈਡਾਂ ਵਾਲੀਆਂ ਨਾੜਾਂ ਦਿੱਤੀਆਂ ਨੇ। ਲਓ ਜੀ ਇਸ ਕੁਆਲਿਟੀ ਵਿਖਾ ਦਿਓ ਜੀ। ਹਾਂ ਲਓ ਜੀ ਦੀਪਾ ਭਾਈ ਅੱਜ ਪੂਰੀ ਇਹ ਤਸੱਲੀ ਨਾਲ ਵਿਖਾ ਰਿਹਾ ਵੀ ਆ ਦੇਖੋ ਪੂਰੀ, ਕੋਈ ਇਹ ਨਾ ਕਹਿੰਦੇ ਬਸ ਸਿੰਘ ਹੈ ਛੋਟਾ ਕੁੰਡਾ ਘੱਟ ਆਏ ਹੈ, ਇਹ ਪੂਰੀ ਤਸੱਲੀ ਆ ਵੇਖੋ ਜੀ, ਠੀਕ ਆ। ਸਿੰਘ ਬੇ ਮਲੂਮਾ 'ਚ ਜਿਹੜਾ ਦੋਸਤ ਕਹਿ ਲਈਏ ਵੀ ਖੁੱਲ੍ਹਾ ਹੈ ਪਰ ਬਾਡੀ ਬਣਤਰ ਦੇ ਹਿਸਾਬ ਨਾਲ ਕੱਦ ਕੱਟ ਦੇ ਨਾਲ ਪੂਰਾ ਜੱਜਦਾ, ਠੀਕ ਹੈ। ਅਤੇ ਚਵਾਈ 'ਚ ਵੀ ਇੱਕ ਨੰਬਰ ਆ, ਇੱਕ ਨੰਬਰ ਜੀ। ਅਤੇ ਤਸੱਲੀ ਤੁਸੀਂ ਕਰ ਲਿਓ, ਠੀਕ ਆ ਜੀ। ਥਾਣ ਚਿੱਟਾ ਮੱਝ ਦਾ ਦੱਸਦਾ ਪਿਆ ਵੀ ਚੰਗਾ ਆਪਾਂ ਖਾ ਲਾ, ਭਾਂਡਾ ਦੱਸ ਦਿੰਦਾ ਦੋਸਤੋ ਜੇਕਰ 12 ਕਿਲੋ ਆਪਾਂ ਕਹਿ ਦਿੰਦੇ ਹਾਂ ਵੀ 12 ਕਿਲੋ ਚਵਾਉਂਦੀ ਪਈ ਆ, ਅਤੇ 12 ਕਿਲੋ ਜਿਹੜਾ ਦੋਸਤੋ ਭਾਂਡਾ ਵੀ ਉਡਾਉਣਾ ਚਾਹੀਦਾ, ਠੀਕ ਆ। ਅਤੇ ਜੋਗੇ ਬਾਈ ਕੀ ਲੈਣ ਦੇਣ ਵਾਲੀ ਗੱਲ ਕੀ ਕਰਦੇ ਫਿਰ? ਇਹ 80,000 ਮੰਗਦੇ ਆ, 75,000 ਦੀ ਦੇ ਦਾਂਗੇ ਜੀ ਲਾਸਟ। 75 ਦੀ? ਹਾਂਜੀ ਹਾਂ ਆਈ ਹੈ। ਹਾਂਜੀ ਹਾਂਜੀ ਛੋੜ ਛੱਪਾ ਕਰ ਦਾਂਗੇ ਜੀ, ਜ਼ਰੂਰ ਜੀ। ਹਾਂਜੀ ਛੱਡ ਦਾਂਗੇ ਵਿੱਚ, ਕੋਈ ਗੱਲ ਨਹੀਂ, ਠੀਕ ਹੈ ਭਰਾ। 75,000 ਦੋਸਤੋ ਲੈ ਦੇ ਵੀਰਾਂ ਦਾ ਪਿਆ, ਠੀਕ ਹੈ। 75,000 ਵਿੱਚੋਂ ਮਾਨਤਾ ਨੂੰ ਮੌਕੇ ਦਾ ਜਿਹੜਾ ਕੋਈ ਖਰੀਦਦਾਰ ਆਊਗਾ ਘਰ ਖਾਸ ਤੌਰ ਵਿਜ਼ਿਟ ਕਰੂਗਾ ਉਹ ਵਿੱਚੋਂ ਮਾਨਤਾ ਨੂੰ ਕੋਈ ਛੋੜ ਛੱਪਾ ਹੋ ਜੂਗਾ, ਠੀਕ ਹੈ ਜੀ, 75,000 ਦੇ ਵਿੱਚੋਂ। ਸੋ ਇਹ ਦੋਸਤੋ 3 ਮੱਝਾਂ ਸੀ, ਆ ਜਾਓ ਇੱਕ ਵਾਰੀ ਆਪਾਂ ਬੱਚੇ ਦਿਖਾ ਦਈਏ ਦੀਪੇ ਬਾਈ, ਇੱਕ ਵਾਰੀ ਮਾੜਾ ਤਸੱਲੀ ਦੇਣਾ ਕਿਤੇ ਰਹਿ ਨਾ ਜਾਣ ਬਾਅਦ 'ਚ। ਹੈ ਅਤੇ ਸਟਾਰਟਿੰਗ ਤੋਂ ਪਹਿਲੇ ਨੰਬਰ ਵਾਲੀ ਦਾ ਚਿੱਟੇ ਮੱਥੇ ਵਾਲਾ ਇਹ ਕੱਟਾ ਜੀ, ਕੱਟਾ ਜੀ, ਠੀਕ ਹੈ। ਕੋਈ ਸੁਬਹ 10 ਦਿਨ ਤਾਂ ਤੁਸੀਂ ਮੰਨ ਲਓ ਜੀ ਸਾਰੀਆਂ ਮੱਝਾਂ ਦਾ। ਦੂਜੇ ਨੰਬਰ ਵਾਲੀ ਦੀ ਕੱਟੀ, ਆਹ ਕੱਟੀ ਹੈ ਜੀ, ਠੀਕ ਹੈ ਠੀਕ ਹੈ ਜੀ। ਤੀਸਰੇ ਨੰਬਰ 'ਤੇ ਆਹ ਮੇਲ ਕਾਫ ਆ ਗਿਆ ਜੀ, ਠੀਕ ਹੈ। 12 ਕਿਲੋ ਵਾਲੀ ਮੈਂ ਦਾ ਹੈ। ਹਾਂਜੀ ਲਓ ਵੀ ਭਰਾਵੋ, ਠੀਕ ਹੈ ਜੀ। ਲਓ ਜੀ ਅੱਗੇ ਆਪਣੇ ਕੋਲ ਆ ਗਈਆਂ ਵੈੜਾਂ, ਠੀਕ ਆ। ਤੇ ਇਹ ਪਹਿਲੀ ਵੈੜ ਦੀ ਕੀ ਡਿਟੇਲ ਆ, ਕਿੰਨੇ ਕੁ ਟਾਈਮ ਦੀ ਸੂਈ ਹੈ ਇਹ? ਸੰਧੂ ਸਾਹਿਬ ਪਤਾ ਨਹੀਂ 2 ਮਹੀਨੇ ਦੀ ਸੂਈ ਤੇ ਪਤਾ ਨਹੀਂ 3 ਵਾਲੀ ਸੂਈ ਹੈ। ਬਿਨ ਬੱਚਿਓ? ਹਾਂ ਹਾਂਜੀ ਬਿਨ ਬੱਚਿਆ, ਬਸ ਤੋਕੜ ਕਰਕੇ ਦਵਾਂਗੇ ਜੀ, ਠੀਕ ਹੈ ਜੀ। ਤੇ ਦੁੱਧ ਹੁਣ ਆਪਣੇ ਕੋਲ ਕੀ ਆ ਜਰੇ? ਦੁੱਧ 7 ਕਿਲੋ 6 ਕਿਲੋ ਕਰਕੇ ਕੋਈ ਲਵੇ। 7 ਕਿਲੋ ਆ 6 ਆ, 6 ਕਿਲੋ ਕਰਕੇ ਦਵਾਂਗੇ। ਦੁੱਧ 7 ਕਿਲੋ ਹੋਊਗਾ, ਕਿਲੋ ਘੱਟ ਦੱਸਾਂਗੇ ਆਪਾਂ। ਅੱਛਾ ਹਾਂਜੀ, ਅਗਲੇ ਕੋਲੇ ਪਾਈਆ ਖੰਡ ਵੱਧ ਨਿਕਲੇ? ਵੱਧ ਨਿਕਲੇ ਜਾ ਕੇ ਅੱਛਾ। ਪਰ ਉਹ ਧਾਰ ਹੋਣਾ ਮਾਰੇ ਅੱਗੇ ਕੋਈ ਹੈਗਾ ਵੇਰਵਾ, ਕੋਈ ਕੋਈ AI ਜਾਂ ਕੁਝ ਕੋਈ ਦੱਸ ਸਕਦਾ? ਨਹੀਂ ਨਹੀਂ ਕੁਝ ਨਹੀਂ, ਮਤਲਬ ਆਪਣੇ ਕੋਲ ਖਾਲੀ ਮੰਨ ਕੇ ਜਾਓ। ਹਾਂਜੀ ਖਾਲੀ ਲੈ ਕੇ ਦੁੱਧ ਮੰਨ ਕੇ 6 ਕਿਲੋ ਦਾ ਸੌਦਾ ਕਰਨਾ। ਹਾਂਜੀ ਹਾਂਜੀ। ਤੇ ਦੀਪੇ ਭਾਈ ਜੋਗੇ ਭਾਈ ਕੀ ਮੁੱਲ ਕੀ ਕਰਾਂਗੇ ਇਹਦੇ ਫਿਰ? ਮੁੱਲ ਜੀ ਆਪਾਂ ਇਹ ਵੀ ਗਾਂ ਦਾ ਸੇਮ ਤੋਂ ਪਰਲੀ ਦਾ ਵੀ ਸੇਮ, ਦੁੱਧ ਤੋਂ ਪਰਲੀ ਗਾਂ ਵੀ ਵਿਖਾਉਣੀ ਆ। ਹਾਂ ਤੇ 16,000 ਜੀ ਦੋਵਾਂ ਦਾ ਹੀ। ਦੋਵਾਂ ਦਾ 16,000 ਵੀ ਇਕੱਲੇ ਪੁੱਛਣ ਨਾਲ ਦੋਵਾਂ ਦਾ ਇਕੱਠੀਆਂ ਦਾ 16,000 ਤੇ ਦੁੱਧ ਵੀ 6-6 ਕਿਲੋ ਮੰਨ ਕੇ ਵੀ ਸੌਦਾ ਕਰ। ਸੇਮ ਹੀ ਆ ਦੁੱਧ 6-6 ਕਿਲੋ ਮੰਨ ਲੈ, 7-7 ਕਿਲੋ ਦੁੱਧ ਹੈਗਾ ਵਾ। ਅੱਛਾ ਜੀ ਹਾਜ਼ਰ ਆ 7-7 ਕਿਲੋ। ਕਿਉਂਕਿ ਇਹ ਕਹਿੰਦੇ ਕਿ ਕੇਵਲ ਦੂਰੋਂ ਆਉਣਾ ਹੁੰਦਾ ਕਿਸੇ ਨੇ ਵੀ ਚੋ ਕੇ ਕੋਈ ਕਵੇ 10 ਕਿਲੋ ਵਿੱਚ ਘੱਟ ਆ, ਐਵੇਂ ਬਹਿਸਬਾਜੀ ਕਰੇ ਉਹਦਾ ਕੋਈ ਫਾਇਦਾ ਨਹੀਂ ਆ। ਆਪਾਂ ਪਹਿਲਾਂ ਹੀ ਕਿਲੋ ਘੱਟ ਦੱਸਦੇ ਆ। ਲਓ ਜੀ ਹਾਂਜੀ ਦੁੱਧ ਦੋਸਤੋ ਦੋਵਾਂ ਥੱਲੇ 6-6 ਕਿਲੋ ਆ, 6 ਤੋਂ ਬਾਹਰ ਆ, 7-7 ਦੇ ਲਾਗੇ ਤਾਂ ਕਿ ਪਰ 6-6 ਕਿਲੋ ਮੰਨ ਕੇ ਸੌਦਾ ਕਰ ਲਿਓ, ਠੀਕ ਹੈ। ਤੇ ਮੁੱਲ ਵੀ ਦੋਵਾਂ ਦਾ ਸੇਮ ਹੀ ਰਹੂਗਾ, ਠੀਕ ਹੈ ਜੀ। 16,000 ਰੁਪਈਆ ਦੋਵਾਂ ਦਾ ਮੁੱਲ ਆ, ਠੀਕ ਹੈ। 32,000 ਕੋਈ ਵੀਰ ਨੇ ਜੋੜਾ ਪਾਉਣਾ ਉਹ ਆਪੋ ਆਪਣੀ ਕਿਸੇ ਵੀਰ ਦੀ ਸਮਝ ਆ, ਠੀਕ ਹੈ ਜੀ। ਅਤੇ ਵੈਸੇ ਬਣੀਆਂ ਨਹੀਂ ਹੈਗੀਆਂ ਕੋਈ ਵੇਰਵਾ ਝੂਠਾ ਜਿਹਾ ਪਾ ਦਈਏ ਵੀ ਮਹੀਨੇ ਦੀ, ਠੀਕ ਹੈ, AI ਹੋਈ ਆ, ਉਹ ਆਪਾਂ ਪਹਿਲਾਂ ਪੁੱਛ ਲਾ ਜੇ AI ਮਹੀਨੇ ਦੀ ਹੋਈ ਹੋਵੇ ਜਾਂ ਕੋਈ 1.5 ਮਹੀਨੇ ਦੀ, ਕੋਈ 10-15 ਦਿਨਾਂ ਦੀ, ਉਹ ਦੱਸਣ ਯੋਗ ਆ ਵਿੱਚ, ਠੀਕ ਹੈ ਜੀ। ਕੋਈ ਵੀਰ ਗਾਂ ਕੋਈ ਯੁੱਧ ਨਾ ਕਰੇ, ਹੀਟ ਚਾਹੀਏ ਜੀ। ਅੱਜ ਭਲ ਕੀ ਹੀਟ ਚਾਹੀਏ? ਅੱਜ ਆਈ ਹੈ ਜੀ, ਤਾਰਾਂ ਤੂਰਾਂ ਕਰਦੀ ਸੀ। ਹਾਂਜੀ ਹਾਂਜੀ ਕਰਦੀ ਹੈ, ਜੇ ਕਿਸੇ ਨੇ ਕਰਵਾਉਣੀ ਤੇ ਉਹਨੂੰ ਕਰਵਾ ਲੈਣ, ਭਾਵੇਂ ਹੋ ਸਕਦਾ ਅਸੀਂ ਡਾਕਟਰ ਕੋਲ ਕਰਵਾ ਹੀ ਦਈਏ ਜੀ, ਟੀਕਾ ਭਰਾ ਦਈਏ, ਠੀਕ ਹੈ ਜੀ। ਹਾਂਜੀ ਹੋ ਸਕਦਾ ਨਹੀਂ ਫਿਰ ਥੋੜਾ ਜਿਹਾ ਕਰਵਾ ਦਿਆ ਜੀ, ਕਰਵਾ ਦਿਆ। ਕਿਸੇ ਨੂੰ ਕਰਵਾ ਦਿੱਤੀ ਤੇ ਜ਼ਰੂਰ ਮੈਂਸ਼ਨ ਕਰ ਦਿਓ ਜੀ ਵੀ AI ਹੋ ਗਈ ਆ, ਠੀਕ ਹੈ ਜੀ, ਦੱਸਣ ਮੁਤਾਬਕ, ਠੀਕ ਹੈ ਜੀ। ਤੇ ਬਾਕੀ ਦੋਸਤੋ ਵੀਰ ਦੱਸ ਰਿਹਾ ਵੀ ਹੀਟ ਕੱਢੀ ਆ, ਠੀਕ ਆ ਜੀ। ਹੋ ਸਕਦਾ ਵੀ AI ਵੀਰਾਂ ਦਾ ਵੀ ਕਰਵਾ ਦਈਏ, AI ਹੋ ਵੀ ਜਾਊਗੀ ਦੋਸਤੋ, ਕਿਉਂਕਿ ਇੱਕ ਮਹੀਨਾ ਕੋਈ 20-22 ਦਿਨ ਤੁਹਾਡੇ ਵੀ ਅੱਗੋਂ ਬਚ ਜਾਣ,
ਠੀਕ ਹੈ ਜੀ, ਅੱਗੇ ਜਦੋਂ ਨੈਕਸਟ ਦੁਬਾਰਾ ਹੀਟ ਆਉਣੀ ਆ ਉਹ ਜਿਹੜੀ ਦੋਸਤੋ ਰਿਕਵਰ ਹੋ ਜੇ, ਹੋ ਸਕਦਾ ਵੀ ਗੱਬਣ ਬਾਅਦ ਵਿੱਚ ਠਹਿਰ ਜੇ ਅਤੇ ਤੁਹਾਨੂੰ ਵੀ ਬੈਨੀਫਿਟ ਮਿਲ ਸਕੇ। 16,000 ਦੀ ਹੈ ਬਾਈ ਇਹ, 16,000 ਦੀ, ਅਤੇ ਜੋਗੇ ਬਾਈ ਧਾਰਾਂ ਧੂੜਾਂ ਦਾ ਕੋਈ ਹੈ ਪੂਰੀ ਚਾਰੇ ਪੂਰੀ ਵਧੀਆ ਚਵਾਈ ਜੀ, ਠੀਕ ਹੈ, ਚਵਾਈ ਵੀ ਚੰਗੀ ਆ ਅਤੇ ਘੱਟ ਵੱਧ ਕੋਈ ਭੂਰੇ ਛੱਟਾ ਨਹੀਂ ਹੈ ਜੀ, ਗਰੰਟੀ ਹੋ ਗਈ ਜੀ। ਠੀਕ ਹੈ ਜੀ, ਠੀਕ, ਹਾਂ ਜੀ, ਲਓ ਵੀ ਪ੍ਰਭੂ ਇਹ ਆ ਪਹਿਲੇ ਨੰਬਰ ਵਾਲੀ ਵੈਟ, ਦੂਜੇ ਨੰਬਰ ਵਾਲੀ ਵੀ ਸੇਮ ਇਸੇ ਤਰ੍ਹਾਂ ਦੋਸਤੋ, 6-7 ਲੀਟਰ ਤੇ ਚੱਲਦੀ, ਇਹ ਵੀ 6 ਮੰਨ ਕੇ ਕੋਈ ਸੌਦਾ ਕਰੇ, 6 ਮੰਨ ਕੇ, 6 ਲਓ ਜੀ, 6 ਮੰਨ ਕੇ ਵੀ ਸੌਦਾ ਕਰ ਲੈ ਸੂਬੇ, ਮੈਨੂੰ ਤਾਂ ਦੋਵੇਂ ਹੋਣਗੀਆਂ ਕੋ ਤੀਜੇ ਤੀਜੇ ਨਹੀਂ, ਉਹ ਦੂਜੇ ਆ ਤੀਜੇ ਹੋ, ਇਹ ਤੀਜੇ ਆ, ਲਓ ਵੀ ਵਜਨ ਲੋਡ ਪੂਰਾ, ਠੀਕ ਆ ਜੀ, ਕੱਦ ਵੀ ਪੂਰਾ ਉੱਚੇ ਕੱਦ ਦੀ ਆ, ਵਜਨ ਭਾਰੀ ਕਾਫੀ ਜ਼ਿਆਦਾ, ਠੀਕ ਆ, ਵਜਨ ਲੋਡ ਪੂਰਾ, ਅਤੇ ਇਹ ਜਿਹੜੀ ਵੈਟ ਇਹਦੇ ਥੱਲੇ ਵੀ ਦੋਸਤੋ 6 ਤੋਂ ਬਾਹਰ ਦੁੱਧ ਆ, ਠੀਕ ਹੈ, ਪਾਈਆ ਕੋਈ ਅੱਧਾ ਕਿਲੋ ਵੱਧ ਮੰਨਣੇ ਪਰ 6 ਕਿਲੋ ਮੰਨ ਕੇ ਕੋਈ ਸੌਦਾ ਕਰੇ, ਠੀਕ ਆ, ਅਤੇ ਚਵਾਹ ਪਸਮਾ ਵੀਰ ਜੀ ਇੱਕ ਸਾਰ ਹੀ ਹੁੰਦਾ ਨਾ, ਆਪਣੇ ਵੀਰ ਹੋਣਾ ਲਈ ਆ, ਠੀਕ ਹੈ, ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ ਵੀਰ ਜੀ, ਠੀਕ ਠਾਕ, ਹਾਂਜੀ ਹਾਂਜੀ, ਬਹੁਤ ਅੱਛਾ, ਉਹ ਸ਼ਾਹੀ ਵਾਲਾ ਆਪਣਾ ਖਰੀਦ ਲਈ ਆਪਾਂ, ਹਾਂਜੀ ਹਾਂਜੀ, ਇੱਥੇ ਨੇੜੇ ਪਾਸੇ ਹੋ ਤੁਸੀਂ, ਹਾਂਜੀ ਤਰਨ ਤਾਰਨ ਸਾਹਿਬ, ਵਪਾਰ ਦਾ ਹੀ ਹੈ ਜਾਂ ਘਰ ਦੇ, ਘਰੇ ਚੋਣ ਨੂੰ ਕਰਨੀ, ਠੀਕ ਹੈ, ਚਵਾਈ ਤਸੱਲੀ ਕਰ ਲਈ ਕੋਈ ਇੱਕ ਦੋ, ਹਾਂਜੀ ਹਾਂਜੀ ਬਿਲਕੁਲ ਤਸੱਲੀ। ਅੱਛਾ ਵੀਰ ਜੀ, ਇੱਕ ਤੁਸੀਂ ਵੀ ਆਪਣੇ ਭੈਣ ਭਰਾਵਾਂ ਨੂੰ ਇੱਕ ਬੇਨਤੀ ਵੀ ਕਰ ਦਿਓ, ਹਾਂਜੀ, ਵੀ ਜਿਹੜੇ ਵੀਰ ਚਲੋ ਪਸ਼ੂ ਖਰੀਦਣ ਤੇ ਕਿਵੇਂ ਖਰੀਦਣ, ਆਪਦੀ ਦੋ ਡੰਗ ਚਵਾਈ ਕਰ ਲੈਣ, ਵੀਰੇ ਜਿਹੜੇ ਤੇ ਲਾਗੇ ਵਾਲੇ ਆ ਉਹ ਤੇ ਚਲੋ ਚੱਲ ਜਾਂਦਾ, ਪਰ ਜਿਹੜੇ ਦੂਰ ਵਾਲੇ ਆ ਉਹ ਵੀਡੀਓ ਕਾਲ ਤੇ ਚੋ ਲੈਣ ਜਾਂ ਆਪਣੀ ਆ ਕੇ ਤਸੱਲੀ ਕਰਨ, ਪਹਿਲਾਂ ਕੀ ਆ ਕਈ ਮੰਨ ਲਓ ਜਿਵੇਂ ਸਾਈ ਪਾ ਕੇ ਬਾਅਦ 'ਚ ਛੱਡ ਜਾਂਦੇ ਆ ਫਿਰ ਪਸ਼ੂ ਰੁਕ ਜਾਂਦਾ ਜੀ, ਉਹ ਕੰਮ ਫਿਰ ਗਲਤ ਹੋ ਜਾਂਦਾ, ਆਪਣੀ ਪਹਿਲਾਂ ਤਸੱਲੀ ਕਰਨ ਫਿਰ ਡੰਗਰ ਆਪਣਾ ਲੈ ਕੇ ਜਾਣ ਜੀ, ਬਿਲਕੁਲ, ਸੋ ਪੈਸੇ ਖਰਚ ਕਰਨੇ ਹੁੰਦੇ ਆ, ਹਾਂਜੀ, ਅਤੇ ਇਹ ਬੈਟ ਜਿਹੜੀ ਆ ਦੋਸਤੋ ਵੀਰ ਉਹਨਾਂ ਨੇ ਆ ਸ਼ਾਹੀ ਪਾਲ ਬੈਟ ਤੁਹਾਨੂੰ ਦਿਖਾਈ ਆ, ਆਹ ਦਿਖਾ ਦਿੰਦੇ ਹਾਂ, ਇਹ ਵੈਡ ਇਹਨਾਂ ਨੇ ਖਰੀਦ ਲਈ ਆ, ਠੀਕ ਆ ਜੀ, ਪਰਚੇਜ਼ ਕਰ ਲਈ ਆ ਅਤੇ ਇਹ ਲੈ ਕੇ ਜਾਣਗੇ, ਠੀਕ ਆ ਜੀ, ਇਸ ਕਰਕੇ ਆਪਾਂ ਇਹਦੀ ਡਿਟੇਲ ਚਲੋ ਰਹਿਣ ਦਿੰਦੇ ਹਾਂ, ਬਿਲਕੁਲ ਲਾਲ ਗੋਡ ਵਰਗਾ ਰੰਗ ਆ ਵੈਡ ਦਾ, ਅਤੇ ਵੀਰਾਂ ਦਾ ਵੀ ਤਸੱਲੀ, ਦੋ ਟਾਈਮ ਕੋਈ 3 ਟਾਈਮ ਦੂਰ ਨੇੜੇ ਵਾਲੇ ਕਰ ਲਿਆ ਕਰੋ, ਦੂਰ ਵਾਲੇ ਬਾਈ ਚਾਂਸ ਵੀ ਕਿਸੇ ਤੋਂ ਨਹੀਂ ਵੀ ਆਇਆ ਜਾਂਦਾ, ਔਨਲਾਈਨ ਸੌਦਾ ਦੋਸਤੋ ਇਸੇ ਲਈ ਬਣਿਆ, ਵਿਸ਼ਵਾਸ ਕਰਕੇ ਹੀ ਪਸ਼ੂ ਖਰੀਦਿਆ ਜਾਂਦਾ ਔਨਲਾਈਨ ਜਿਹੜੇ ਵੀਰ ਖਰੀਦਦੇ ਆ, ਅਤੇ ਦੀਪੇ ਜੋਗੇ ਬਾਈ ਆਪਣਾ ਵੀ ਫਰਜ਼ ਬਣਦਾ ਵੀ ਚਾਹੇ ਵਪਾਰੀ ਵੀਰਾਂ ਦਾ ਫਰਜ਼ ਬਣਦਾ ਵੀ ਜੋ ਦੱਸਿਆ ਉਹ ਅੱਗੇ ਨਿਕਲੇ ਵੀ, ਹਾਂਜੀ ਹਾਂਜੀ, ਆਪਾਂ ਤੇ ਜੋ ਵੀ ਦੱਸੀਦਾ ਨਾ ਜੋ ਹੈਗਾ ਉਹ ਦੱਸੀਦਾ ਜੀ, ਤੇ ਇਦਾਂ ਜੇ ਝੂਠ ਮਾਰਾਂਗੇ ਜ਼ਿਆਦਾ ਚਿਰ ਕੰਮ ਨਹੀਂ ਚੱਲਣਾ, ਨਹੀਂ ਚੱਲਣਾ, ਹਾਂਜੀ, ਥੋੜਾ ਚਿਰ ਚੱਲਦਾ ਆਨਲਾਈਨ ਤੇ ਭਰੋਸਾ ਉੱਠ ਜੂਗਾ ਫਿਰ ਭੈਣ ਭਰਾਵਾਂ ਦਾ, ਹਾਂਜੀ, ਇਸ ਤਰ੍ਹਾਂ ਮਤਲਬ ਕਿ ਬਹੁਤੇ ਵੀਰ ਆਨਲਾਈਨ ਜ਼ਿਆਦਾ ਸੌਦਾ ਕਰਦੇ ਆ, ਆਪਣੇ ਕੋਲ ਜਿਹੜੇ ਖੜਦੇ 3-4 ਗਾਹਕ ਲੱਗੇ ਆਪਣੇ ਕੋਲ ਆਨਲਾਈਨ, ਹਾਂਜੀ, ਜਾਂਦੀਆਂ ਇੱਧਰ ਤੇ ਉਹ ਵੀਰ ਜੀ ਉਦਾਂ ਹੀ ਖੜਦੇ ਆ, ਉਹ ਕਈ ਵਾਰ ਇੱਥੇ ਵੀ ਆਉਂਦੇ ਆ, ਇੱਥੇ ਆਣ ਕੇ ਵੀ ਧਾਰ ਨਹੀਂ ਮਾਰਦੇ ਉਹ, ਠੀਕ ਆ ਜੀ, ਨਾ ਧਾਰ ਮਾਰੀ ਕਦੀ ਉਹਨਾਂ ਨੇ, ਨਾ ਤਿੱਪੀ ਉਦਾਂ ਹੀ ਲਤਾ ਦਈਦੀ, ਬਿਲਕੁਲ, ਹਾਂਜੀ, ਲਓ ਵੀ ਦੋਸਤੋ ਅੱਜ ਪਸ਼ੂ ਬਾਈ ਦੀਪੇ ਹੋਰਾਂ ਦੇ ਕੋਲ ਬਕਾਊ ਸੀਗੇ, ਤੁਹਾਨੂੰ ਦਿਖਾਤੇ ਆ 5 ਨਗ, ਤੇ ਦੀਪੇ ਬਾਈ ਨੰਬਰ ਬੋਲ ਦਿਓ, ਜੋਗੇ ਬਾਈ ਤੁਸੀਂ ਨੰਬਰ ਦੱਸ ਦਿਓ, ਬੇ ਬੋਲ 62-38-71-90, ਠੀਕ ਹੈ ਜੀ, ਜੋਗੇ ਬਾਈ ਆਪਣੇ ਨੰਬਰ, ਹਾਂਜੀ, 94-46-35-330, ਠੀਕ ਹੈ ਜੀ, ਹਾਂਜੀ, ਠੀਕ ਹੈ, ਸੋ ਦੋਸਤੋ ਇਹ ਸਨ ਮੇਰੇ ਨਾਲ ਵੀਰ ਜੋਗਾ ਅਤੇ ਬਾਈ ਦੀਪਾ, ਠੀਕ ਹੈ, ਪਸ਼ੂ ਵਪਾਰ ਦਾ ਕੰਮ ਹੈ ਵੀਰ ਹੋਣਾ ਦਾ, ਸੋ ਤਸੱਲੀ ਜ਼ਰੂਰ ਕਰ ਲਿਆ ਕਰੋ ਪਸ਼ੂ ਦੀ ਘਰ ਵਿਜਿਟ ਕਰਕੇ, ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।